ਸਤਿ ਸ਼੍ਰੀ ਅਕਾਲ ਜੀ। ਨੈਕਸਟ ਮੈਂ ਤੁਹਾਨੂੰ ਕੁਛ ਕੁ ਟੂਲ ਹੋਰ ਫੋਟੋਸ਼ਾਪ ਦੇ ਦੱਸ ਰਿਹਾ। ਉਹਨਾਂ ਵਿੱਚੋਂ ਮੈਂ ਇੱਥੋਂ ਤੋਂ ਸ਼ੁਰੂ ਹੁੰਦਾ ਜੀ, ਇਹ ਵਾਲੇ ਟੂਲ ਤੋਂ, ਬਰਨ ਟੂਲ ਤੋਂ। ਬਰਨ ਟੂਲ ਕੀ ਕਰਦਾ ਯਾਰ, ਜਿਵੇਂ ਫੇਸ ਦੇ ਉੱਤੇ ਅਸੀਂ ਕਰਦੇ ਹਾਂ ਤਾਂ ਬਰਨ ਇੱਦਾਂ ਥੋੜ੍ਹਾ ਜਿਹਾ ਬਲੈਕਿਸ਼ ਵਿੱਚ ਕਰ ਦਿੰਦਾ ਆ ਬਰਨ। ਸ਼ਾਰਪ ਆ, ਸ਼ਾਰਪ ਉਹਦੇ ਉਲਟਾ, ਬਰਨ ਦੇ ਉਲਟ ਹੁੰਦਾ ਆ। ਠੀਕ ਹੈ, ਥੋੜ੍ਹੇ ਥੋੜ੍ਹੇ ਲੋੜ ਅਨੁਸਾਰ ਯੂਜ਼ ਕਰਨੇ ਹੁੰਦੇ ਆ। ਜਿਵੇਂ ਜਿਵੇਂ ਤੁਸੀਂ ਯੂਜ਼ ਕਰੋਗੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਪਤਾ ਲੱਗੂਗਾ ਕਿਹੜੀ ਫੋਟੋ ਦੇ ਉੱਤੇ ਕਿਹੜਾ ਯੂਜ਼ ਹੁੰਦਾ ਆ। ਥੋੜ੍ਹਾ ਜਿਹਾ ਵੱਧ ਮੈਂ ਯੂਜ਼ ਕਰਕੇ ਦਿਖਾ ਦਿੰਦਾ, ਦੇਖੋ ਇਹਦੇ ਨਾਲ ਇਫੈਕਟ ਆ ਗਿਆ ਸਾਡੇ ਕੋਲ ਜ਼ਿਆਦਾ ਯੂਜ਼ ਕਰਨ ਦੇ ਨਾਲ ਸ਼ਾਰਪ ਟੂਲ। ਤਾਂ ਜ਼ਿਆਦਾ ਨਹੀਂ, ਥੋੜ੍ਹਾ ਜਿਹਾ ਮਾਰ ਫੇਰਨਾ ਹੁੰਦਾ, ਆਉਟਪੁੱਟ ਹੀ ਤੁਹਾਨੂੰ ਦੱਸੂਗੀ, ਐਕਸਪੀਰੀਅੰਸ ਤੁਹਾਡੇ ਪਤਾ ਲੱਗੂਗਾ ਕਿ ਆਉਟਪੁੱਟ ਠੀਕ ਆ ਕਿ ਨਹੀਂ ਠੀਕ ਹੈ ਜੀ। ਨੈਕਸਟ ਸਮੂਥ ਆ ਗਿਆ, ਸਮੂਥ ਵੀ ਥੋੜ੍ਹਾ ਥੋੜ੍ਹਾ ਅਸੀਂ ਫੇਸ ਦੇ ਉੱਤੇ ਫੇਰ ਦਿੰਦੇ ਹਾਂ ਇਹਨਾਂ ਨਾਲ। ਦੇਖੋ ਸਮੂਥਨੈਸ ਆ ਜੂਗੀ, ਪਰ ਬਹੁਤ ਜ਼ਿਆਦਾ ਫੇਰਨ ਦੇ ਨਾਲ ਸਮੂਥਨੈਸ ਖਤਮ ਹੋ ਜੂਗੀ, ਬਰ ਬਲਰ ਜਿਹਾ ਹੋ ਜੂਗਾ। ਲੋੜ ਅਨੁਸਾਰ ਹੀ ਯੂਜ਼ ਕਰਨੇ, ਇੱਕ ਇੱਕ ਵਾਰ ਯੂਜ਼ ਜ਼ਰੂਰ ਕਰਕੇ ਦੇਖ ਲਿਓ। ਉਸ ਤੋਂ ਬਾਅਦ ਜਿਹੜਾ ਨੈਕਸਟ ਆਪਣੇ ਕੋਲ ਟੂਲ ਹੈਗਾ ਆ, ਡੋਟਸ ਟੂਲ ਅਤੇ ਬਰਨ ਟੂਲ ਅਤੇ ਸਪੋਂਗ ਟੂਲ। ਜਿਹੜਾ ਡੋਟਸ ਟੂਲ ਹੁੰਦਾ ਆ, ਇਹ ਕਿਸੇ ਦਾ ਕਲਰ ਫੇਅਰ ਕਰਨ ਵਾਸਤੇ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਥੋੜ੍ਹਾ ਥੋੜ੍ਹਾ ਦੇਖੋ, ਮੈਂ ਫੇਰਦਾ ਇਹ ਫੇਅਰ ਕਰ ਦੂੰਗਾ ਡੋਟਸ ਟੂਲ। ਉਹ ਜ਼ਿਆਦਾ ਨਹੀਂ ਵੀ ਅਸੀਂ ਯੂਜ਼ ਕਰਨਾ, ਥੋੜ੍ਹਾ ਥੋੜ੍ਹਾ ਕਰਨਾ ਕਲੀ। ਜਿਹਨੂੰ ਦੱਬ ਕੇ ਰੱਖਾਂਗੇ ਬਰਨ ਟੂਲ, ਇਹਦੇ ਡੋਟਸ ਦਾ ਉਲਟਾ। ਇਹ ਜਿਹੜੇ ਅਸੀਂ ਡੋਟਸ ਦੇ ਨਾਲ ਫੇਅਰ ਕੀਤਾ ਇਹ ਬਲੈਕਿਸ਼ ਵਿੱਚ ਕਰ ਸਕਦੇ। ਕਈ ਵਾਰੀ ਕਿਸੇ ਕਿਸੇ ਜਗ੍ਹਾ ਦੇ ਉੱਤੇ ਜ਼ਿਆਦਾ ਫੇਅਰ ਵੀ ਸਾਨੂੰ ਵਧੀਆ ਨਹੀਂ ਲੱਗਦਾ, ਤਾਂ ਸਾਨੂੰ ਬਲੈਕ ਕਰਨਾ ਪਊਗਾ। ਇਸ ਤੋਂ ਬਾਅਦ ਜਿਹੜਾ ਸਪੋਂਗ ਟੂਲ ਹੈਗਾ ਆ, ਉਹਦੇ ਨਾਲ ਕੁਛ ਇਸ ਤਰ੍ਹਾਂ ਦਾ ਇਫੈਕਟ ਆਉਂਦਾ। ਮੈਂ ਜ਼ਿਆਦਾ ਫੇਅਰ ਕੇ ਦਿਖਾਉਂਦਾ, ਕਲਿੱਕ ਕਰਕੇ ਰੱਖਾਂਗੇ ਆਹ ਇਫੈਕਟ। ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਕੁਛ ਇਰੇਜ਼ਰ ਬਾਰੇ ਵੀ ਮੈਂ ਦੱਸਦੇ ਹਾਂ। ਫੋਰ ਐਗਜ਼ਾਮਪਲ ਅਸੀਂ ਫਾਈਲ ਨਿਊ ਅਸੀਂ ਓਪਨ ਕਰਦੇ ਹਾਂ, ਫਾਈਲ ਵੀ ਸਰਚ ਕਰਦੇ ਹਾਂ ਅਸੀਂ। ਫੋਰ ਐਗਜ਼ਾਮਪਲ ਮੈਂ ਕਰਦਾ ਹਾਂ, ਕੁਛ ਵੀ ਲਿਖ ਦਿੰਦਾ ਵਿਰਾਟ ਕੋਹਲੀ। ਤਾਂ ਜਿਹੜੀ ਅਸੀਂ ਬੈਕਗਰਾਊਂਡ ਇਰੇਜ਼ ਕਰਦੇ ਹਾਂ, ਬੈਕਗਰਾਊਂਡ ਇਰੇਜ਼ ਕਰਨ ਵਿੱਚ ਵੀ ਸਾਨੂੰ ਟੂਲ ਫਾਇਦਾ ਦੇ ਜਾਂਦਾ ਹੈ। ਸੇਵ ਕਰ ਲੈਂਦੇ ਅਸੀਂ ਪਹਿਲਾਂ ਡੈਸਕਟੋਪ 'ਤੇ ਫੋਟੋ ਨੂੰ, ਉਸ ਤੋਂ ਬਾਅਦ ਮੈਂ ਇਹਨੂੰ ਓਪਨ ਕਰਦਾ। ਡਬਲ ਕਲਿੱਕ ਇੱਥੇ ਕਰਕੇ ਅਸੀਂ ਓਪਨ ਕਰ ਸਕਦੇ ਹਾਂ। ਡੈਸਕਟੋਪ 'ਤੇ ਗਿਆ ਮੈਂ, ਆਹ ਵਾਲੀ ਫੋਟੋ ਮੈਂ ਵਿਰਾਟ ਕੋਹਲੀ ਵਾਲੀ ਫੋਟੋ ਸੇਵ ਇਮੇਜ। ਵੈਬ ਪੀ ਫਾਈਲ ਓਪਨ ਨਹੀਂ ਹੋ ਰਹੀ ਹੈਗੀ, ਸਾਨੂੰ ਪੀ ਐਨ ਜੀ ਜਾਂ ਜੇ ਪੀ ਜੀ ਪਿੱਕ ਲੈ ਲੈਂਦੇ ਹਾਂ ਅਸੀਂ। ਸੇਵ ਇਮੇਜ, ਇਹ ਵੀ ਵੈਬ ਪੀ ਆ, ਸੇਵ ਐਸ ਜੇ ਪੀ ਜੀ। ਹੁਣ ਅਸੀਂ ਫੋਟੋਸ਼ਾਪ 'ਚ ਇੱਥੇ ਡਬਲ ਕਲਿੱਕ ਕੀਤਾ ਹੈ, ਡੈਸਕਟੋਪ 'ਤੇ ਗਿਆ, ਆ ਗਈ ਸਾਡੇ ਕੋਲ ਜੇ ਪੀ ਜੀ ਫਾਈਲ। ਅਸੀਂ ਜਦੋਂ ਇਹਦੀ ਬੈਕਗਰਾਊਂਡ ਰਿਮੂਵ ਕਰਨੀ ਹੁੰਦੀ ਆ ਤਾਂ ਜਿਹੜੇ ਆਹ ਵਾਲੇ ਟੂਲ ਇਰੇਜ਼ਰ ਟੂਲ ਨੇ ਇਹ ਵੀ ਸਾਨੂੰ ਹੈਲਪ ਕਰ ਸਕਦੇ ਆ ਬੈਕਗਰਾਊਂਡ ਇਰੇਜ਼ ਕਰਨ ਦੇ ਵਿੱਚ। ਤਾਂ ਇੱਦਾਂ ਜਦੋਂ ਅਸੀਂ ਇਰੇਜ਼ਰ ਇੱਦਾਂ ਕਰਾਂਗੇ ਤਾਂ ਇੱਕ ਤਰ੍ਹਾਂ ਨਾਲ ਕਟਿੰਗ ਵੇਲੇ ਵੀ ਅਸੀਂ ਇਹ ਕੰਮ ਕਰ ਰਹੇ ਹੁੰਦੇ ਹਾਂ। ਇਰੇਜ਼ਰ ਕੀ ਦਊਗਾ ਸਾਨੂੰ, ਆਹ ਜਿਹੜਾ ਸੈਕਿੰਡ ਕਲਰ ਹੈਗਾ ਇਹ ਵਾਲਾ ਕਲਰ ਇਰੇਜ਼ ਕਰਨ ਦੇ ਨਾਲ ਆਊਗਾ। ਇੱਥੇ ਮੈਂ ਕਲਰ ਚੇਂਜ ਕਰਦਾ, ਰੈੱਡ ਕਰ ਦਿੰਦਾ, ਤਾਂ ਜਦੋਂ ਮੈਂ ਇਰੇਜ਼ ਕਰੂੰਗਾ ਕਲਰ ਆਉਣ ਲੱਗ ਜੂਗਾ। ਤਾਂ ਇਸ ਤਰੀਕੇ ਨਾਲ ਇਹ ਵਰਕ ਕਰਦਾ ਇਰੇਜ਼ਰ ਟੂਲ। ਉਸ ਤੋਂ ਬਾਅਦ ਅਸੀਂ ਇਰੇਜ਼ਰ ਦੇ ਵਿੱਚ ਜਿਹੜਾ ਸੈਕਿੰਡ ਹੈਗਾ ਬੈਕਗਰਾਊਂਡ ਇਰੇਜ਼ਰ, ਬੈਕਗਰਾਊਂਡ ਇਰੇਜ਼ਰ ਕੀ ਕਰਦਾ, ਉਹ ਇਸ ਤਰ੍ਹਾਂ ਦੀ ਆਊਟਪੁੱਟ ਸਾਨੂੰ ਦਿੰਦਾ, ਉਹ ਪੀ ਐਨ ਜੀ ਸਾਡੇ ਬਣਾ ਦਿੰਦਾ, ਟਰਾਂਸਪੇਰੈਂਟ ਕਰ ਦਿੰਦਾ ਬੈਕਗਰਾਊਂਡ। ਉੱਥੇ ਕਲਰ ਨਹੀਂ ਦਊਗਾ, ਟਰਾਂਸਪੇਰੈਂਟ ਹੀ ਕਰ ਦੂੰਗਾ ਉਸ ਏਰੀਏ ਨੂੰ। ਹਾਂਜੀ, ਉਸ ਏਰੀਏ ਨੂੰ ਟਰਾਂਸਪੇਰੈਂਟ ਹੀ ਕਰ ਦੂੰਗਾ, ਕਿਉਂਕਿ ਟਰਾਂਸਪੇਰੈਂਟ ਹੀ ਸਾਨੂੰ ਚਾਹੀਦਾ ਹੁੰਦਾ ਹੈ। ਉਸ ਤੋਂ ਨੈਕਸਟ ਅਸੀਂ ਇਰੇਜ਼ਰ ਦੇ ਵਿੱਚ ਮੈਜਿਕ ਇਰੇਜ਼ਰ ਟੂਲ ਯੂਜ਼ ਕਰਾਂਗੇ। ਉਹਨੇ ਕਲਰ ਨੂੰ ਫੜ ਕੇ ਉਸ ਕਲਰ ਨੂੰ ਪੂਰਾ ਟਰਾਂਸਪੇਰੈਂਟ ਕਰ ਦੇਣਾ। ਦੇਖੋ, ਜਿਵੇਂ ਕਲਰ ਟੂਲ ਜਾਂ ਮੈਜਿਕ ਵਾਂਡ ਟੂਲ ਵਰਕ ਕਰਦੇ ਹਾਂ, ਇੱਦਾਂ ਹੀ ਇਹ ਕਰਦਾ ਹੈ। ਠੀਕ ਹੈ ਜੀ, ਇੱਦਾਂ ਕਈ ਵਾਰੀ ਡਿਪੈਂਡ ਕਰਦਾ ਆ। ਕਈ ਵਾਰੀ ਤਾਂ ਸਾਡੇ ਕੋਲ ਬੈਕਗਰਾਊਂਡ ਕਲਰ ਬਿਲਕੁਲ ਸਿੰਗਲ ਕਲਰ ਹੁੰਦਾ ਆ, ਤਾਂ ਕਲਿੱਕ ਕੀਤੇ 'ਤੇ ਇਹ ਸਾਰੀ ਬੈਕਗਰਾਊਂਡ ਉਡਾ ਦਿੰਦਾ ਆ, ਤਾਂ ਉੱਥੇ ਕਿਤੇ ਕਿਤੇ ਬੈਨੀਫਿਸ਼ੀਅਲ ਵੀ ਹੋ ਸਕਦਾ। ਹੁਣ ਇਸ ਪਿਕਚਰ ਦੇ ਵਿੱਚ ਇਹਦਾ ਜ਼ਿਆਦਾ ਬੈਨੀਫਿਸ਼ੀਅਲ ਨਹੀਂ ਹੈਗਾ, ਸਾਨੂੰ ਜਿਹੜਾ ਦੂਸਰਾ ਪੁਰਾਣਾ ਮੈਥਡ ਹੈਗਾ ਉਹਦੇ ਨਾਲ ਹੀ ਕਟਿੰਗ ਕਰਨਾ ਬੈਨੀਫਿਸ਼ੀਅਲ ਆ। ਇਸ ਤਰੀਕੇ ਨਾਲ ਹੀ ਅਸੀਂ ਜ਼ੂਮ ਕਰਕੇ ਕਟਿੰਗ ਕਰੀਏ, ਕੰਟਰੋਲ ਪਲੱਸ ਨਾਲ ਜ਼ੂਮ ਕਰੀਏ, ਇੱਥੋਂ ਦੀ ਸਿਲੈਕਟ ਕਰਕੇ ਥੋੜ੍ਹਾ ਜਿਹਾ ਅੰਦਰਲੀ ਸਾਈਡ।
double click, delete. ਕੁਛ ਇਸ ਤਰੀਕੇ ਨਾਲ ਇਸ ਲੈਵਲ ਤੱਕ ਜ਼ੂਮ ਕਰਕੇ ਜਦੋਂ ਅਸੀਂ ਕਟਿੰਗ ਕਰਾਂਗੇ ਤਾਂ ਆਊਟਪੁੱਟ ਸਾਡੀ ਬਹੁਤ ਸ਼ਾਨਦਾਰ ਆਊਗੀ। ਇਸ ਤਰੀਕੇ ਨਾਲ ਅਸੀਂ ਵਨ ਬਾਏ ਵਨ ਸਟੈਪ ਸਾਰੀ ਜਦੋਂ ਅਸੀਂ ਕਟਿੰਗ ਕਰਾਂਗੇ ਫਿਰ ਉਸ ਤੋਂ ਬਾਅਦ ਹੀ ਅਸੀਂ ਇਹਦੀ ਬੈਕਗਰਾਊਂਡ ਚੇਂਜ ਕਰ ਸਕਦੇ ਹਾਂ, ਕੁਛ ਨਾ ਕੁਛ ਬੈਕਗਰਾਊਂਡ 'ਤੇ ਲਗਾ ਸਕਦੇ ਹਾਂ।